ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰੂ ਸਰ। ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਇਹ ਪਿੰਡ ਭਗਤਾ ਭਾਈਕਿਆਂ ਤੋਂ 5 ਕਿਲੋਮੀਟਰ ਦੂਰ ਸਥਿਤ ਹੈ। ਇਸ ਸਥਾਨ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 25 ਦਸੰਬਰ 1705 ਨੂੰ ਆਏ ਸਨ। ਗੁਰੂ ਸਾਹਿਬ ਨੇ ਇਸ ਪਿੰਡ ਦਾ ਨਾਂ ਰਖਵਾਲਾ ਰੱਖਿਆ, ਪਰ ਅੱਜ ਕੱਲ੍ਹ ਇਸ ਪਿੰਡ ਨੂੰ ਗੁਰੂ ਸਰ ਵੀ ਆਖਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਦਰਖਤ ਹੋਣ ਦੇ ਕਾਰਨ ਇਸ ਦਾ ਨਾਮ ਰਖਵਾਲਾ ਸੀ, ਜਿਸ ਜੰਡ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ। ਉਹ ਅੱਜ ਵੀ ਇਸ ਸਥਾਨ ਦੇ ਉੱਪਰ ਮੌਜੂਦ ਹੈ। ਭਗਤਾ ਭਾਈ ਕਾ ਜਾਣ ਸਮੇਂ ਪਿੰਡ ਜਲਾਲ ਤੋਂ 2 ਕਿਲੋਮੀਟਰ ਦੂਰੀ ਉੱਪਰ ਸਥਿਤ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਕਰੋ। ਚੈਨਲ ਦੇ ਉੱਪਰ ਬਾਕੀ ਦੀਆਂ ਪੂਰੀਆਂ ਵੀਡੀਓ ਨੂੰ ਦੇਖੋ, ਲਾਈਕ ਕਰੋ, ਸਬਸਕ੍ਰਾਈਬ ਕਰੋ।